ਫਲੈਗ ਮਾਰਚ ਹੈ ਕਿਸ ਲਈ ਜਿਹੜਾ ਹੈਗਾ ਕਰਿਆ ਜਾ ਰਿਹਾ ਅੱਜ ਜਿਹੜਾ ਫਲੈਗ ਮਾਰਚ ਹੈਗਾ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਤਾਂ ਕਿ ਸਾਰਾ ਜਿਹੜਾ ਮਾਹੌਲ ਸ਼ਾਂਤ ਰਹੇ ਔਰ ਪਬਲਿਕ ਸੇਫਟੀ ਇਨਸ਼ੋਰ ਕਰਨ ਲਈ ਔਰ ਕੰਫੀਡੈਂਸ ਬਿਲਡਿੰਗ ਮੈਜਰ ਦੇ ਵਜੋਂ ਹੀ ਕੀਤਾ ਜਾ ਰਿਹਾ ਫਲੈਗ ਕਿੰਨੇ ਕੁ ਪੁਲਿਸ ਮੁਲਾਜ਼ਮ ਹੈ ਜਿਹੜੇ ਅੱਜ ਸ਼ਹਿਰ ਦੇ ਵਿੱਚ ਜਾਂ ਕਹਿ ਸਕਦੇ ਹਾਂ ਕਿ ਜ਼ਿਲ੍ਹੇ ਦੇ ਵਿੱਚ ਵਿਚਰਨਗੇ ਔਰ ਤੁਸੀਂ ਕਿੱਥੇ ਕਿੱਥੇ ਇਹ ਜਿਹੜਾ ਫਲੈਗ ਮਾਰਚ ਕੱਢਣ ਜਾ ਰਹੇ ਹੋ ਅਸੀਂ ਜੀ ਫਾਜ਼ਿਲਕਾ ਤੇ ਅਬੋਹਰ ਏਰੀਆਜ਼ ਵਿੱਚ ਸਬ ਡਿਵੀਜ਼ਨਸ ਵਿੱਚ ਫਲੈਗ ਮਾਰਚ ਕੱਢਾਂਗੇ ਤੇ ਫਿਰ ਸਾਡੇ ਤਿੰਨੋਂ ਜੀਓਸ ਔਰ 90-100 ਦੇ ਕਰੀਬ ਜਿਹੜੇ ਮੁਲਾਜ਼ਮ ਹੈਗੇ PCR ਦੇ ਮੁਲਾਜ਼ਮ ਮਿਲਾ ਕੇ ਪਹਿਲਾਂ ਫਾਜ਼ਿਲਕਾ ਵਿੱਚ ਕੱਢਾਂਗੇ ਉਸ ਤੋਂ ਬਾਅਦ ਫਿਰ ਅਸੀਂ ਅਬੋਹਰ ਜਾਵਾਂਗੇ ਮੈਮ ਇਸ ਤੋਂ ਪਹਿਲਾਂ ਵੀ ਤੁਸੀਂ ਫਲੈਗ ਮਾਰਚ ਕੀਤੇ ਹੈ ਕੀ ਲੱਗਦਾ ਹੈ ਇਹ ਫਲੈਗ ਮਾਰਚ ਦੇ ਨਾਲ ਕਿੰਨਾ ਕੁ ਫਰਕ ਪੈਂਦਾ ਹੈ ਦੇਖੋ ਫਲੈਗ ਮਾਰਚ ਇੱਕ ਕੰਫੀਡੈਂਸ ਬਿਲਡਿੰਗ ਮੈਜਰ ਹੁੰਦਾ ਹੈ ਪਲੱਸ ਇੱਕ ਪਬਲਿਕ ਦਾ ਜੋ ਕੰਫੀਡੈਂਸ ਹੁੰਦਾ ਪਬਲਿਕ ਟਰਸਟ ਬਿਲਡ ਕਰਨ ਲਈ ਕੀਤਾ ਜਾਂਦਾ ਔਰ ਬਾਕੀ ਜਿਹੜੇ ਮਾੜੇ ਅੰਸਰ ਹੈ ਉਹਨਾਂ ਵਿੱਚ ਵੀ ਡਰ ਪੈਦਾ ਹੁੰਦਾ ਹੈ ਵੀ ਪੁਲਿਸ ਜਿਹੜੀ ਹੈ ਸਾਡੀ ਅਲਰਟ ਹੈਗੀ ਹੈ ਔਰ ਅਸੀਂ ਇਹ ਦੱਸਣਾ ਵੀ ਚਾਹੁੰਦੇ ਹਾਂ ਲੋਕਾਂ ਨੂੰ ਵੀ ਫਾਜ਼ਿਲਕਾ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ ਔਰ ਕਿਸੇ ਵੀ ਟਾਈਮ ਲਾਅ ਐਂਡ ਆਰਡਰ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਨੂੰ ਅਸੀਂ ਖਰਾਬ ਨਹੀਂ ਹੋਣ ਦਵਾਂਗੇ ਇਸੇ ਦੇ ਤਹਿਤ ਹੀ ਫਲੈਗ ਮਾਰਚ ਜਿਹੜਾ ਕੱਢਿਆ ਜਾਵੇਗਾ ਜੀ ਪਿਛਲੇ ਦਿਨੀ ਦੇਖਿਆ ਗਿਆ ਸੀ ਪਿੰਡਾਂ ਦੇ ਵਿੱਚ ਵੀ ਤੁਹਾਡੇ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਸੀ ਜੀ ਕੀ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਪਿੰਡਾਂ 'ਚ ਵੀ ਦੁਬਾਰਾ ਫਲੈਗ ਮਾਰਚ ਕੱਢਿਆ ਜਾਵੇਗਾ ਹਾਂਜੀ ਬਿਲਕੁਲ ਅਗਰ ਜ਼ਰੂਰਤ ਪੈਂਦੀ ਹੈ ਸਾਨੂੰ ਲੱਗਦਾ ਹੈ ਵੀ ਪਿੰਡਾਂ 'ਚ ਜ਼ਰੂਰਤ ਹੈਗੀ ਹੈ ਜਾ ਕੇ ਕਈ ਵਾਰੀ ਕੋਈ ਐਵੇਂ ਦਾ ਪਿੰਡ ਹੁੰਦਾ ਹੈ ਜਿੱਥੇ ਸੈਂਸਿਟਿਵ ਹੁੰਦਾ ਥੋੜਾ ਮਾਹੌਲ ਤਾਂ ਉੱਥੇ ਜ਼ਰੂਰ ਅਸੀਂ ਜਾਵਾਂਗੇ ਜੀ ਕੀ ਸੰਦੇਸ਼ ਦੇਣਾ ਚਾਹੋਗੇ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਅਸੀਂ ਪਬਲਿਕ ਨੂੰ ਇਹੀ ਸੰਦੇਸ਼ ਦਵਾਂਗੇ ਜੀ ਕਿ ਫਾਜ਼ਿਲਕਾ ਪੁਲਿਸ ਤੁਹਾਡੀ ਸੇਫਟੀ ਤੇ ਸੁਰੱਖਿਆ ਲਈ ਕਮਿਟਡ ਹੈਗੀ ਹੈ ਜੀ ਔਰ ਸਾਰੇ ਜਿਹੜੇ ਸਾਡੇ ਆਫਿਸਰ ਸਾਹਿਬਾਨ ਹੈ ਉਹ ਵੀ ਇਸੇ ਚੀਜ਼ ਨੂੰ ਲੈ ਕੇ ਕਮਿਟਡ ਹੈ ਔਰ ਅਸੀਂ ਇਨਸ਼ੋਰ ਕਰਾਂਗੇ ਕਿ ਲਾਅ ਐਂਡ ਆਰਡਰ ਜ਼ਿਲ੍ਹੇ ਵਿੱਚ ਹਰ ਕੀਮਤ ਤੇ ਬਰਕਰਾਰ ਰਹੇ ਕਿਸੇ ਨੂੰ ਵੀ ਲਾਅ ਐਂਡ ਆਰਡਰ ਖਰਾਬ ਕਰਨ ਨਹੀਂ ਦਿੱਤਾ ਜਾਊਗਾ ਮਾੜੇ ਅੰਸਰਾਂ ਨੂੰ ਵੀ ਅਸੀਂ ਇਹੀ ਚੇਤਾਵਨੀ ਦੇਵਾਂਗੇ ਪਬਲਿਕ ਨੂੰ ਅਸੀਂ ਅਪੀਲ ਕਰਾਂਗੇ ਵੀ ਕਿਸੇ ਵੀ ਤਰ੍ਹਾਂ ਦਾ ਜਿੱਥੇ ਸਾਨੂੰ ਉਹਨਾਂ ਦੇ ਸਹਿਯੋਗ ਦੀ ਲੋੜ ਹੈ ਸਾਨੂੰ ਸਾਡਾ ਸਹਿਯੋਗ ਦਿਓ ਰੂਟੀਨ ਚ ਆਉਣ ਦਿਨਾਂ ਚ ਕੱਢਿਆ ਜਾਏ ਫਲੈਗ ਮਾਰਚ ਹਾਂਜੀ ਜ਼ਰੂਰਤ ਪੈਣ ਤੇ ਜਦੋਂ ਵੀ ਫਲੈਗ ਮਾਰਚ ਤੇ ਕੋਈ ਕੰਫੀਡੈਂਸ ਬਿਲਡਿੰਗ ਮੈਜਰ ਹੁੰਦਾ ਹੈ ਪਲੱਸ ਕਈ ਵਾਰ ਹਾਲਾਤ ਕੁਝ ਐਵੇਂ ਦੇ ਹੁੰਦੇ ਕਿ ਸਾਨੂੰ ਲੱਗਦਾ ਕਿ ਇੱਕ ਪਬਲਿਕ ਟਰਸਟ ਬਿਲਡ ਅਪ ਕਰਨਾ ਜ਼ਰੂਰੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਪੈਨਿਕ ਨਾ ਹੋਵੇ ਸੋ ਲੋਡ ਪੈਣ ਤੇ ਜ਼ਰੂਰ ਕੱਢਾਂਗੇ ਜੀ ਥੈਂਕ ਯੂ ਸਾਡਾ ਜੀ